بسم الله الرحمن الرحيم صلوات الحمد لله رب العالمين والعاقبة للمتقين والجنة للمؤمنين صلوات والنار للمخلدين الصلاة والسلام على أشرف الأنبياء والمرسلين صلوات الذي كلا مزمل مدثر طه ياسين وما ارسلناك الا رحمه للعالمين سوري صلوات عجیب لوگ ذکر علی پسند نہیں عجیب لوگ ہیں جنہیں ذکر علی پسند نہیں پسند ہے جو خدا کو وہ پسند نہیں بسم اللہ بسم اللہ پسند ہے جو خدا کو وہ پسند نہیں میں ادانی کو چھوڑ کر غیروں کا ذکر کروں کیوں میرے مزاج کو آوارگی پسند نہیں بسم اللہ بسم اللہ بسم اللہ کرو بسم اللہ یا علی یا علی اللہ سلامت کے سونی توجہ کیتی ائی صحیح والا لو لوگ اعتراض کرے دین شی علی علی کرے دین علی دا ذکر کرے دین علی دے نعرے مرے دین ساڈی علی تو بغیر نبھدی نہیں جدے نبھ مل کے حیدری چون لینا دسنا چاہتا جو علی علی کیوں کریں دیا علی دا ذکر کیوں کریں دیا میں پیدا ذکر حیدر کا سنانے میں مزہ آتا ہے توجہ کرے توجہ کرے ذکر حیدر کا سنانے میں مزہ آتا ہے کیوں جلنے والے کو جلانے میں مزہ آتا ہے والے ہم کو صحابے پیمبر سے کوئی بغض نہیں کیوں کون بھاگا تھا بتانے میں مزہ آتا ہے بسم اللہ کرو بسم اللہ کرو بسم اللہ مل کے علی علی اللہ واسطہ رکھے بڑے دور تائی مومنین بیٹھے کئی بندے ایسے بیٹھے جڑے مفت دی مجلس سنتے بیٹھے اللہ کرا کے صلوات پڑھو چپ ذاکر آکھے نارا مارو اور چپ بندہ بیٹھا حسین دے گھارے چوے صحیح والا لے توجہ
ਬੈਠਾ ਹੁਸੈਨ ਦੇ ਘਰ ਚ ਹੋਵੇ ਤੇ ਹੋਵੇ ਜੀਂਦਾ ਤੇ ਜ਼ਿਕਰ ਹੁਸੈਨ ਦੇ ਬਾਬੇ ਅਲੀ ਦਾ ਸ਼ੁਰੂ ਹੋਵੇ ਤੇ ਬੰਦਾ ਮੂੰਹ ਨਾ ਖੋਲੇ ਉਸ ਬੰਦੇ ਨਾਲ ਮੇਰੀ ਗੱਲ ਮੈਂ ਪਿਆਦਾ ਬੇਫੈਜ਼ ਇਨਸਾਨ ਦਾ ਕਿਆ ਫਾਇਦਾ ਜਾਬਿਰ ਸੁਲਤਾਨ ਦਾ ਕਿਆ ਫਾਇਦਾ ਮੈਂ ਆਦਾ ਜਿਹੜੀ ਜ਼ਿਕਰ ਅਲੀ ਵਿੱਚ ਨਾ ਬੋਲੇ ਉਸ ਚਬਲ ਜ਼ਬਾਨ ਦਾ ਕਿਆ ਫਾਇਦਾ ਅੱਲਾ ਤੁਹਾਨੂੰ ਵਾਸਤਾ ਰੱਖੇ ਪੜ੍ਹਨ ਵਾਲੇ ਬੰਦੇ ਜ਼ਿਆਦੇ ਮੇਰੇ ਖਿਆਲ ਬਾਵਿਆਂ ਦੇ ਬਜ਼ਾਕਰ ਇਤਨੇ ਜੋ ਪਟਵਾਰੀ ਸ਼ੁਮਾਰ ਨਾ ਕਰ ਸਕਸੀ ਬਾਵੇ ਸਾਹਿਬ ਨੂੰ ਬੜੀ ਜਲਦੀ ਆਈ ਪਿੱਛੋਂ ਸਵਾਰ ਸੀ ਮੈਂ ਮਿਹਨਤ ਕੀਤੀ ਬਹੁਤ ਸਾਰਾ ਟਾਈਮ ਹੋ ਗਿਆ ਮੈਨੂੰ ਬੈਠਿਆ ਮੈਂ ਅਤੇ ਮੈਂ ਥੋੜ੍ਹਾ ਪੜਚਾ ਸਾ ਕਿਉਂਕਿ ਹਾਜ਼ਰੀ ਉਹਦੀ ਜ਼ਰੂਰੀ ਨਹੀਂ ਬੰਦੇ ਜ਼ਿਆਦੇ ਹੋਣ ਤਾਂ ਬੰਦੇ ਨੂੰ ਇਤਨਾ ਪੜ੍ਹਨਾ ਚਾਹੀਦਾ ਜਿਤਨਾ ਹੱਕ ਪੜ੍ਹਦਾ ਹੋਵੇ ਅਤੇ ਮੈਂ ਤੁਹਾਡੇ ਸਾਹਮਣੇ ਕਸੀਦਾ ਸ਼ੁਰੂ ਕਰਨ ਦਾ ਪਿਆ ਤੁਹਾਡੇ ਇਹ ਪ੍ਰੋਗਰਾਮ ਮੈਂ ਕਸੀਦਾ ਪੜ੍ਹ ਲਵਾਂ ਵੋ ਬੰਦਾ ਦੋ ਜਹਾਂ ਕੀ ਬਲਾਓਂ ਸੇ ਦੂਰ ਹੈ ਸਹੀ ਵਾਲ ਵਾਲੇ ਪਤਾ ਕਰ ਲਿਆ ਉਹ ਬੰਦਾ ਕਿਹੜਾ ਹੈ ਵੋ ਬੰਦਾ ਦੋ ਜਹਾਂ ਕੀ ਬਲਾਓਂ ਸੇ ਦੂਰ ਹੈ ਕਿਹੜਾ ਜਿਸ ਕੇ ਦਿਲ ਮੇਂ ਅਲੀ ਵਲੀ ਕੀ ਮੁਹੱਬਤ ਕਾ ਨੂਰ ਹੈ ਜੁਲਾਰ ਅਲੀ ਸੁਣ ਕਰ ਜਿਸ ਕਾ ਜਲਤਾ ਹੈ ਦਿਲ ਕੁਛ ਔਰ ਹੋ ਨਾ ਹੋ ਵੋ ਹਰਾਮੀ ਜ਼ਰੂਰ ਹੈ ਹੁਣ ਮਿਲ ਕੇ ਲਾ ਰਹਾ ਦਰੀ ਅੱਲਾ ਤੁਹਾਨੂੰ ਵਸਤਾ ਰੱਖੇ ਅਲੀ ਨੂੰ ਮੰਨਣੇ ਅਲੀ ਨੂੰ ਸੋਚਣਾ ਨਹੀਂ ਅਲੀ ਨੂੰ ਮੰਨਣੇ ਅਲੀ ਸੋਚਣ ਵਾਲਾ ਇਮਾਮ ਨਹੀਂ ਤੁਸੀਂ ਮੇਰੇ ਵਾਸਤੇ ਸੋਚ ਸਕਦੇ ਹੋ ਪਦਰਾੜਾ ਦਾਖਿਰ ਬਲਕ ਫਰੀਦ ਆਇਆ ਪਤਨੀ ਦਾ ਘਰ ਕੇ ਅਜਿਹਾ ਕੋ ਮਹਿਮਾਨ ਬੰਜੇ ਅੱਲਾ ਜਾਣੂ ਕੋ ਲੰਗਰ ਦੇ ਨਹੀਂ ਦੇਤਾ ਮੈਂ ਤੁਹਾਡੇ ਵਾਸਤੇ ਸੋਚ ਸਕਦਾ ਜ਼ਿੰਦਗੀ 'ਚ ਗਲਤੀ ਨਾ ਕਰੀ ਮੁਹੰਮਦ ਵੀਰ ਅਲੀ ਨੂੰ ਸੋਚੀ ਨਹੀਂ ਅਲੀ ਨੂੰ ਸੋਚਣ ਨਹੀਂ ਅਲੀ ਨੂੰ ਮੰਨਣੇ ਜਿਸ ਅਲੀ ਨੂੰ ਮੰਨਿਆ ਉਹ ਤਰ ਗਿਆ ਜਿਸ ਸੋਚਿਆ ਉਹ ਉੱਡ ਗਿਆ ਬਸ ਇਸ ਜ਼ਮਨੇ 'ਚ ਮੈਂ ਤੁਹਾਨੂੰ ਕਸੀਦਾ ਸੁਣਾਇਆ ਸਾਰੇ ਬੰਦੇ ਸਲਵਾਤ ਬੁਲੰਦ ਆਵਾਜ਼ ਨਾਲ ਪੜ੍ਹੋ ਸੱਚਿਆਂ ਦੇ ਲੜੇ ਲੱਗ ਜਾ ਨਹੀਂ ਤੇ ਉੱਡ ਜਾਏਗਾ ਤੁਸੀਂ ਸਾਰੇ ਚੁੱਪ ਉੱਡ ਜਾਏਗਾ ਕੋਈ ਪਸ਼ਤੂ ਦੀ ਜ਼ਬਾਨ ਹੈ ਮਿਲ ਕੇ ਇਸ ਤੋਂ ਬਾਅਦ ਪੰਜਾਬੀ ਬਣ ਹੀ ਨਹੀਂ ਸਕਦੀ ਉੱਡ ਜਾਏਗਾ ਤਵੱਜੋ ਕਰੇ ਬਾਰ ਬਾਰ ਇਹ ਗੱਲ ਤੋਂ ਰਹਿੰਦਾ ਪਿਆ ਸੱਚਿਆਂ ਦੇ ਲੜੇ ਲੱਗ ਜਾ ਨਹੀਂ ਤੇ ਉੱਡ ਜਾਏਗਾ ਸੱਚਿਆਂ ਦੇ ਲੜੇ ਲੱਗ ਜਾ ਨਹੀਂ ਤੇ ਉੱਡ ਜਾਏਗਾ ਮੇਰੀ ਕੋੜਿਆਂ ਨੂੰ ਪੀਣਾ ਬਣਾ ਨਹੀਂ ਤੇ ਉੱਡ ਜਾਏਗਾ ਅੱਛਾ ਹੈ ਲੜੀ ਆਲੀ ਆਲੀ
ਅੱਲਾ ਵਾਸਤਾ ਰੱਖੇ ਨਹੀਂ ਤਾਂ ਉੱਡ ਜਾਏਗਾ ਹਿਜਰਤ ਦੀ ਰਾਤ, ਵਾਦਲੀਆ ਦੀ ਤਰਫੂ ਪੈਗਾਮ ਆ ਮੇਰੇ ਮਾਬੂ, ਹਿਜਰਤ ਕਰ ਵਾਂ ਬਿਸਤਰ ਛੋੜ ਕੇ ਟੁਰਵਾਂ ਕਿਉਂ, ਕੁਫਾਰ ਨੇ ਤੇਰੇ ਬਿਸਤਰ ਤੇ ਹਮਲਾ ਕਰ ਲਿਆ, ਠੀਕ ਹੈ ਪਾਲਣੇ ਵਾਲਾ ਸਹੀ ਵਾਲਾ ਲਿਓ ਦੂਜਾ ਡਰ ਮਿਲਿਆ ਟੁਰਵਾਂ, ਮਗਰ ਖਿਆਲ ਕਰੇ ਵੰਜਣ ਤੂੰ ਪਹਿਲੇ ਆਪਣੇ ਬਿਸਤਰ ਤੇ, ਕੋਈ ਆਪਣੀ ਛਬੀ ਬਣਾ ਕੇ ਕੋਈ ਆਪਣੇ ਦੇ ਸਮਾ ਕੇ ਵੰਜੇ, ਤੁਸੀਂ ਬੋਲਣਾ ਹੈ ਮਾਨੋ ਵਾਲੀ ਜੀ, ਮੈਂ ਮਿੰਨਤ ਕੀਤੀ ਕਦੀ ਨਹੀਂ, ਮਿੰਨਤ ਕਰੀ ਦੀ ਕੋਈ ਜ਼ਾਤੀ ਕੰਮ ਹੋਵੇ ਤਾਂ, ਇਹ ਅਲੀ ਦਾ ਜ਼ਿਕਰ ਹੈ, ਤੁਹਾਡਾ ਹੀ ਇਮਾਮ ਹੈ ਅਤੇ ਸਾਡਾ ਹੀ ਇਮਾਮ ਹੈ, ਸਾਡੀ ਡਿਊਟੀ ਪੜ੍ਹਨਾ ਤੁਹਾਡੀ ਡਿਊਟੀ ਸੁਣਨਾ, ਅੱਲਾ ਕਰੇ ਤੂੰ ਬਿਲਕੁਲ ਉੱਕਾ ਬੋਲ ਲਈ ਦੇ, ਇਹ ਹਿਸਾਬ ਕਿਤਾਬ ਨਾ ਬੋਲਣਾ ਤੁਹਾਡੇ ਕੋਲ ਮੁਰਸ਼ਦ ਅਲੀ ਲੈ ਸੀ, ਮੇਰੀ ਮਜਲਸ ਵਿੱਚ ਬਹਿ ਕੇ ਪਧਰਾੜੀ ਨਾਲ ਕਜੂਸੀ ਕੀਤੀ ਆਈ ਸਾਰਿਆਂ ਨਾਲ ਬੁਲੇਂਦਾ ਰਿਹਾ ਹੈਦਰੀ, ਨਾਲੇ ਮੈਂ ਆਵਾਣਾ ਮੈਨੂੰ ਮਿੰਨਤ ਦੀ ਡਾਹ ਨਹੀਂ ਆਉਂਦੀ, ਇਸ ਵਾਸਤੇ ਤੁਸੀਂ ਇਮਾਨੋ ਮਾਨੀ ਸੁਣ ਲਏ ਤੇ ਮੈਂ ਪੜ੍ਹ ਲਏ, ਹਿਜਰਤ ਕਰ ਵਾਂ ਟੁਰ ਜਾ ਵਜਾ ਤੂੰ ਪਹਿਲੇ ਮੇਰੇ ਬਿਸਤਰ ਤੇ, ਕੋਈ ਆਪਣੇ ਜਿਹਾ ਸਮਾ ਕੇ ਵੰਜੇ, ਨਬੀ ਫਰਮਾ ਦਿਓ ਮਾਲਕਾ ਕੋਈ ਹੈ ਜਿਹੜਾ ਮੈਂ ਮੁਹੰਮਦ ਦੇ ਬਿਸਤਰ ਤੇ ਸਮੇ, ਕੋਈ ਆਦੇ ਬੋਲੇ ਮੈਂ ਸਮਦਾ ਮੈਂ ਸਮਦਾ ਮੈਂ ਸਮਦਾ, ਸਰ ਚਵੇ ਨਬੀ ਫਰਮਾਉਂਦੇ ਖਿਆਲ ਕਰੇ ਅੱਜ ਦਾ ਸਮਣਾ ਮੈਂ ਮੁਹੰਮਦ ਦੇ ਬਿਸਤਰ ਤੇ ਸੌਖਾ ਨਹੀਂ, ਬੋਲ ਅਜੀਬ ਗੱਲਾਂ ਕਰੇ ਦਿਓ ਸਮਣਾ ਤੁਹਾਡੇ ਬਿਸਤਰ ਤੇ ਤੇ ਉਹ ਕਿਹੜੀ ਗੱਲ ਹੈ, ਨਬੀ ਫਰਮਾਉਂਦੇ ਨਹੀਂ ਇਹ ਗੱਲ ਤਾਂ ਮੈਂ ਦੱਸਦਾ ਪਿਆ, ਜਿਹੜਾ ਬੰਦਾ ਅੱਜ ਮੈਂ ਮੁਹੰਮਦ ਦੇ ਬਿਸਤਰ ਤੇ ਸਮਸੀ, ਉਹ ਬੰਦਾ ਆਪਣੀ ਕਬਰ ਨੂੰ ਸਾਹਮਣੇ ਰੱਖ ਕੇ ਸਮਸੀ, ਸਹੀ ਬਾਲ ਲਓ ਜਿਹੜਾ ਕਬਰ ਦਾ ਨਾਮ ਆਇਆ ਨਾ, ਕੋਈ ਸਜੇ ਉੱਡ ਗਿਆ ਕੋਈ ਖੱਬੇ ਉੱਡ ਗਿਆ, ਟੁਰਦਾ ਹੀ ਵੈਦੇ ਤੇ ਸਡਿਆ ਦੇਣੇ ਵੈਦੇ, ਜੇ ਮੌਤ ਵਾਲੀ ਗੱਲ ਆਈ ਸਾਡਾ ਦੋ ਧੋਇਆ ਜਵਾਬ ਆਈ, ਅਸੀਂ ਮਰਨ ਨਹੀਂ ਆਏ ਜੇ ਮਰਨ ਦੀ ਗੱਲ ਹੈ, ਉਹ ਫਿਰਾ ਅਲੀ ਖੜਾਈ ਅਲੀ ਨੂੰ ਛੱਡ ਲੈ, ਨਬੀ ਫਰਮਾਉਂਦੇ ਯਾ ਅਲੀ ਮੇਰੇ ਨੇੜੇ ਆ, ਬੋਲੋ ਹੁਕਮ ਕਿਉਂ ਛੱਡਿਆ ਲਿਆ ਯਾ ਅਲੀ, ਮੈਂ ਬਿਸਤਰ ਛੋੜੀ ਵੈਂਦਾ, ਕਿਉਂ ਉਹਦੀ ਜ਼ਾਤ ਦਾ ਆਰਡਰ ਮਿਲੇ ਬਿਸਤਰ ਛੋੜ ਵਾਂ, ਕੁਫਾਰ ਨੇ ਤੇਰੇ ਬਿਸਤਰ ਤੇ ਹਮਲਾ ਕਰ ਲਿਆ, ਤੇ ਮੌਲਾ ਟੁਰ ਜਾ ਆਵਾਜ਼ ਆਲੀ ਆਲੀ ਗੱਲ ਹੋ ਰਹੀ ਹੈ, ਇੱਕ ਦੂਜਾ ਸੜੇ ਆਈ ਮੌਲਾ ਕਿਹੜਾ, ਖਾਲਕਾ ਨਹੀਂ ਵੰਜਣ ਤੂੰ ਪਹਿਲੇ ਆਪਣੇ ਬਿਸਤਰ ਤੇ, ਕੋਈ ਆਪਣੇ ਜਿਹਾ ਸਮਾ ਕੇ ਵੰਜੇ, ਸਰ ਚਵੇ ਗੱਲ ਸੁਣੇ, ਤੇ ਬਸ ਮੌਲਾ ਨੌਕਰ ਨੂੰ ਕਿਉਂ ਛੱਡਿਆ ਨੇ, ਯਾਲੀ ਤੈਨੂੰ ਇਸ ਵਾਸਤੇ ਛੱਡਿਆ ਉਹਦੀ ਵਾਦਾ ਨੀ ਅੱਧੀ ਕਸਮ ਏ, ਆਪਣੀ ਨਬੂਵਤ ਦੀ ਕਸਮ ਹੈ, ਤੁਹਾਡੀ ਇਮਾਮਤ ਦੀ ਕਸਮ ਹੈ, ਮੈਂ ਮੁਹੰਮਦ ਪੂਰੀ ਕਾਇਨਾਤ ਜਦੀਦ ਫਵਾਈਏ, ਮੈਂ ਮੁਹੰਮਦ ਨੂੰ ਬਗੈਰ ਤੈ ਅਲੀ ਦੇ ਆਪਣੇ ਨਾਲ ਦਾ ਮਿਲਿਆ ਕੋਈ ਨਹੀਂ, ਸਦਕੇ ਥੀਵਾ ਭਲਾ ਵੀ ਭਲਾ ਵੀ ਭਲਾ ਵੀ, ਅੱਲਾ ਸਲਾਮਤ ਰੱਖੇ ਮੌਲਾ ਮੇਰੇ ਸਮਣ ਨਾਲ ਤੁਹਾਡੀ ਜਿੱਦ ਬਚਦੀ ਏ, ਹਾਂ ਯਾ ਅਲੀ ਮੌਲਾ ਮੈਂ ਸਮਝਾਂ ਸ਼ੀਆ ਤੁਹਾਡਾ ਮੁਰਸ਼ਦ ਅਲੀ ਸੁੱਤਾ ਮੁਹੰਮਦ ਟੁਰਿਆ, ਵੱਧ ਪੈਗਾਮ ਹੈ ਮੇਰੇ ਮਾਬੂ, ਵੱਜਣ ਤੂੰ ਪਹਿਲੇ ਇੱਕ ਹੋਰ ਗੱਲ ਹੀ ਮੁਕਾਈ ਵਾਂਝ, ਪਾਲੇ ਵਾਲਾ ਉਹ ਕਿਹੜੀ, ਮੇਰੇ ਨਬੀ ਜਿਹੜਾ ਸਮਾਂ ਹੀ ਪੈਂਦਾ, ਹਾਂ ਇਹ ਸਮਣ ਵਾਲੇ ਤੂੰ ਪੁੱਛ ਅੱਲਾ ਪਿਆ ਦਈ ਆਈ ਦੀ ਨੀਂਦਰ ਵਿੱਚ ਇਹਦਾ ਹੈ, ਤਵੱਜੋ ਕਰੇ ਹੱਥ ਕੇ ਬੰਨ ਕੇ ਮਾਣਾ ਸੌਖਾ, ਤਵੱਜੋ ਕਰੇ ਇਹ ਆਈ ਦੀ ਨੀਂਦਰ ਵਿੱਚ ਇਹਦਾ ਹੈ, ਨਬੀ ਫਰਮਾਉਂਦੇ ਯਾ ਅਲੀ ਨੀਂਦਰ ਵਿੱਚ ਲੈ ਮੌਲੇ ਦੱਸੋ ਮੇਰੀ ਨੀਂਦਰ ਦਾ ਖਰੀਦਾਰ ਕੌਣ, ਯਾ ਅਲੀ ਉਹਦੀ ਜ਼ਾਤ ਕਾਇਨਾਤ ਸਦਕੇ ਕਰਾ, ਯਾ ਅਲੀ ਤੇਰੀ ਇੱਜ਼ਤ, ਆਵਾਜ਼ ਆ ਲੈ ਮੇਰੇ ਨਬੀ ਜੇ ਮੌਲੇ ਉਹਦੀ ਜ਼ਾਤ ਖਰੀਦਾਰ ਏ, ਉਹ ਕੁੱਦਾ ਛੋੜ ਜੋ ਮੇਰੇ ਬਿਸਤਰ ਤੇ ਸੰਭਣ ਵਾਲਾ ਕੀਮਤ ਨਹੀਂ ਮੰਗਦਾ, ਲੈ ਤੁਹਾਡੀ ਆਪਣੀ ਮਰਜ਼ੀ, ਪਾਲੇ ਵਾਲੋ ਕੀਮਤ ਨਹੀਂ ਮੰਗਦਾ ਉਹਦੇ ਤੇਰੀ ਮਰਜ਼ੀ, ਅੱਲਾ ਪਿਆਦੇ ਜੋ ਐਡਾ ਸਖੀ ਹੈ ਉਸਨੂੰ ਦੱਸ ਜਾ ਮੈਂ ਖਾਲਿਕਾ ਮੈਂ ਰੱਬਾ ਤੂੰ ਸੁੱਤਾ ਰਹੋ ਮੈਂ ਖਾਲਿਕ, ਸਾਰੀਆਂ ਰਲਾਈ ਦੇ ਛੁੜੇ ਸਾਂ ਮਰਜ਼ੀਆਂ ਦੇ ਛੁੜੇ ਸਾਂ, ਤੇਰੇ ਮੇਰੇ ਆਖਣ ਨਾਲ ਬੰਦਾ ਰਾਜ਼ੀ ਅੱਲਾ ਨਹੀਂ ਬਣਦਾ, ਅੱਲਾ ਇੰਜ ਰਾਜ਼ੀ ਆਉਂਦੇ ਹਿਜਰਤ ਦੀ ਰਾਤ ਮੁਹੰਮਦ ਦਾ ਬਿਸਤਰ
ਤੇ ਅੱਲਾ ਸਾਰੀਆਂ ਰਜ਼ਾਈ ਦੇ ਛੋੜੀਆਂ। ਹੁਣ ਤਵੱਜੋ ਕਰੇ, ਜਿੱਥੇ ਚੋਖੇ ਬੰਦੇ ਹੋਣ ਉੱਥੇ ਉਬਾਲੇ ਤਿੱਖੇ ਸ਼ੋਖੇ ਬੰਦੇ ਆਉਂਦੇ ਨੇ। ਇੱਕ ਸ਼ੋਖਾ ਜਿਹਾ ਬੰਦਾ ਉੱਠਿਆ ਦੇ ਸਾਰੇ ਬੋਝਦਿਲ ਠੀਕ ਗਏ ਹੋ ਕਿਵੇਂ, ਅਤੇ ਕੋਈ ਬੰਦ ਨਹੀਂ, ਮੈਂ ਵਹਿਣਾ ਭਾਵੇਂ ਮੁਹੰਮਦ ਅਤੇ ਭਾਵੇਂ ਅਲੀ, ਇਹ ਮੈਂ ਬੰਜ ਕੇ ਉੱਠਾਇਦਾ। ਇੱਕ ਸਹੀ ਵਾਲਾ ਲਿਆ ਚਿੱਟੀ ਡਾਹੀ ਵਾਲਾ ਬਜ਼ੁਰਗ ਉੱਠੇ ਹੱਥ ਨਾ ਪਿਆਏ, ਆਵਾਜ਼ਾਂ ਦੀ ਬਛੜਾ ਜਵਾਨੀ ਦਾ ਖੂਨ ਉਬਾਲਾ ਨੀ, ਜਿਹਦੇ ਵਹਿਦਾ ਪਿਆ ਉਹ ਆਮ ਨਹੀਂ, ਉਹ ਅੱਲਾ ਦਾ ਸ਼ੇਰ ਆਈ। ਸਦਕੇ 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 ਬਿਸਮਿਲਾ ਕਰਾ, ਜ਼ਰਾ ਮੇਰੀ ਗੱਲ ਸੁਣ। ਬਜ਼ੁਰਗ ਸਾਰੇ ਕਹਿੰਦਾ ਤੁਹਾਡਾ ਪਿਓ ਤੇ ਮੈਂ ਜਮਾਤੀਆਂ, ਤਵੱਜੋ ਕਰੇ ਤਵੱਜੋ ਕਰੇ, ਤੁਹਾਡਾ ਪਿਓ ਤੇ ਮੈਂ ਇੱਕੋ ਸਕੂਲ 'ਚ ਪੜ੍ਹਦੇ ਰਹੇ ਹਾਂ, ਰਲ ਕੇ ਖੇਡਦੇ ਰਹੇ ਹਾਂ, ਉਬਾਲਾ ਥੀ ਗਿਆ ਜੇ ਵਹਿੰਦਾ ਹੀ ਹੈ ਤਾਂ ਮੇਰੀ ਗੱਲ ਸੁਣ ਕੇ ਵੰਜੇ। ਆਦੇ ਬਜ਼ੁਰਗ ਸਾ ਕਿਹੜਾ ਮਸ਼ਵਰੇ ਲਿਓ ਸਰ ਚਾਵੇਂ ਮਸ਼ਵਰਾ ਸੁਣੇ ਬਾਈ, ਚੰਨ ਮੇਰਾ ਆਪਣੀ ਔਕਾਤ ਨਹੀਂ ਭੁਲਾਈ ਦੀ, ਚੰਨ ਮੇਰਾ ਆਪਣੀ ਔਕਾਤ ਨਹੀਂ ਭੁਲਾਈ ਦੀ, ਚੰਨ ਮੇਰਾ ਆਪਣੀ ਔਕਾਤ ਨਹੀਂ ਭੁਲਾਈ ਦੀ, ਬੰਦੇ ਚਾਰ ਵੇਖ ਕੇ ਤੇ ਸ਼ੋਖੀ ਨਹੀਂ ਵਿਖਾਈ ਦੀ। ਬਿਸਮਿਲਾ ਕਰੇ ਤਵੱਜੋ ਕਰੇ ਬਾਈ, ਮੈਂ ਜੇ ਪੂਰੀ ਰਸਮ ਕਰਦਾ ਪਰ ਕਸੀਦਾ ਤੁਹਾਨੂੰ ਬਾਬਾ ਬਹੁਤ ਸੋਹਣਾ ਸੁਣਿਆ ਸੀ ਤੇ ਮੈਂ ਪੂਰਾ ਕਰਨਾ, ਜੋ ਅਲੀ ਬਾਦਸ਼ਾਹ ਦਾ ਜ਼ਿਕਰ ਹੈ ਨਾ, ਜਿੱਥੇ ਕਰੋ ਜਿਹੜੇ ਤਵੱਜੋ ਕਰੇ ਬਾਈ, ਚੰਨ ਮੇਰਾ ਆਪਣੀ ਔਕਾਤ ਨਹੀਂ ਭੁਲਾਈ ਦੀ, ਚੰਨ ਮੇਰਾ ਆਪਣੀ ਔਕਾਤ ਨਹੀਂ ਭੁਲਾਈ ਦੀ, ਬੰਦੇ ਚਾਰ ਵੇ ਸ਼ੋਖੀ ਨਹੀਂ ਵਿਖਾਈ ਦੀ, ਬੰਦੇ ਚਾਰ ਵੇਖ ਕੇ ਸ਼ੋਖੀ ਨਹੀਂ ਵਿਖਾਈ ਦੀ, ਮਿਲਦਾ ਕਰੇਗਾ ਹਮੇ ਦਾੜੀ ਹੱਥ ਲੈਂਦਾ ਹਮੇ ਲੱਖ ਜੀ ਆਹੀ ਤੈਨੂੰ ਮਸ਼ਵਰ ਦੇਦਾ ਹਮੇ, ਸੁੱਤਾ ਹੋਇਆ ਸ਼ੇਰ ਨਾ ਜਗਾ ਨਹੀਂ ਤੇ ਉੱਡ ਜਾਏਗਾ, ਖੁਸ਼ ਬੈਠੇ ਹੋ। ਸ਼ੇਰ ਤਾਂ ਮੈਂ ਹੁਣ ਪੜ੍ਹਨਾ ਹੈ, ਦਮਿਸ਼ਕ ਦਾ ਸ਼ਹਿਰ ਬੁੱਧ ਵਾਲੇ ਬੰਦੇ ਦਾ ਦਰਬਾਰ, ਅੱਧੇ ਬੰਦੇ ਚੁੱਪ ਗਏ, ਪਤਨੀ ਬੁੱਧ ਵਾਲਾ ਬੰਦਾ ਕਿਹੜਾ, ਬੁੱਧ ਵਾਲਾ ਉਹ ਬੰਦਾ ਹੈ ਜਿਸ ਜੁੰਮਾ ਛੋੜਿਆ ਤੇ ਬੁੱਧ ਨੂੰ ਜੁੰਮਾ, ਜਿਸ ਨੂੰ ਅਜੇ ਨਾ ਪਤਾ ਲੱਗਿਆ ਮੈਂ ਜਸ ਉੱਠੇ ਤਾਂ ਮੈਂ ਸੰਗਤੀ ਤੂੰ ਪੁੱਛ ਲਵੀ ਆ ਕੇ ਜਿਹੜਾ ਬੁੱਧ ਵਾਲਾ ਬੰਦਾ ਆਉਂਦਾ ਪਿਓ ਇਹ ਕਿਹੜਾ। ਅੱਲਾ ਵਾਸਤਾ ਰੱਖੀ ਦਰਬਾ, ਬਿਸਮਿਲਾ ਕਰਾ, ਅੱਲਾ ਵਾਸਤਾ ਰੱਖੀ ਦਰਬਾਰ ਸਜਿਓ ਹੈ, ਇਹਦੇ ਹਵਾਰੀ ਬੈਠੇ ਜਨਾਬੇ ਹਸਨ ਨੂੰ ਹੋਈ ਦਾਵਤ, ਮੇਰਾ ਬੌਲਾ ਦਰਬਾਰ ਏ ਦਾਖਲ ਇਸ ਬੁੱਧ ਵਾਲਾ ਕੇ ਖਿਆਲ ਕਰੇ ਅਲੀ ਦਾ ਬੇਟਾ ਹੱਸਾ ਨਾ ਦਾ ਪੇ, ਕੋਈ ਬੰਦਾ ਉੱਠੀ ਕੇ ਤਾਜ਼ੀਮ ਨਾ ਕਰੇ, ਜੇ ਡਰ ਲੱਗਦੇ ਨੇ ਜਿੱਕੀ ਜੇ ਬੇਸ਼ੁਮਾਰ ਕਰੋ ਚਾਹੋ। ਅੱਲਾ ਵਸਤਾ ਰੱਖੇ ਜਿਹੜੇ ਸੈਦ ਬੈਠੋ, ਤੁਹਾਡਾ ਡਰ ਦਾ ਦਰਬਾਰ ਹੀ ਦਾਖਲ ਹੋਇਆ, ਹਰ ਕੋਈ ਸਿਰ ਜਿੱਕਾ ਕਰਕੇ ਬੈਠ ਰਹੇ, ਅਲੀ ਦੇ ਅਮੀਰ ਪੁੱਤਰ ਦੀ ਕਿਸੇ ਕਮੀ ਨੇ ਤੇ ਤੱਕ ਨਹੀਂ ਪਈ, ਟੁਰਦਾ ਟੁਰਦਾ ਸਹੀ ਵਾਲਾ ਲੈ ਉੱਥਿਆ ਜਿੱਥੇ ਬੁੱਧਾਲਾ ਬੰਦਾ ਬੈਠਾ ਈ, ਤਵੱਜੋ ਕਰੇ ਤਵੱਜੋ ਕਰੇ, ਜਿਸ ਆਖਿਆ ਈ ਕੋਈ ਬੰਦਾ ਤਾਲੀਮ ਨਾ ਕਰੇ, ਜਨਾਬੇ ਹਸਨ ਕਰੀਬ ਗਿਆ ਤਲੀਆਂ ਦੇ ਭਾਰ ਉੱਠੇ ਤੇ ਦੂਹਾਂ ਹੱਥਾਂ ਨਾਲ ਸਲਾਮ ਕੀਤਾ ਹੈ, ਸਦਕੇ ਥੀ ਸਦਕੇ ਥੀ, ਦਰਬਾਰੀ ਨੇ ਕਹਿੰਦੇ ਤੇਰੇ ਬਾਬੂ ਦੇ ਬਛੜੇ ਮਰਨ, ਸਾਨੂੰ ਮਨਾ ਕੀਤਾ ਵੀ ਕਬਰ ਨਸੀਬ ਨਾ ਹੋਈ, ਸੁੱਜ ਕੇ ਮਰੇ
ਸਾਨੂੰ ਆਦਾ ਵੇ ਕੋਈ ਤਾਲੀਮ ਨਾ ਕਰੇ ਆ ਪੁੱਠੇ ਦੂਆ ਹੱਥਾਂ ਨਾਲ ਸਲਾਮ ਕੀਤਾ ਈ ਤਵੱਜੋ ਕਰੇ ਆਦੇ ਲੜੋ ਨਹੀਂ ਝਗੜੋ ਨਹੀਂ ਮੈਂ ਕੋ ਮਰਜ਼ੀ ਨਾਲ ਉੱਠਿਆ ਤੇ ਆ ਦਿਲ ਬੜੀ ਕੀ ਆਈ ਹੁਣ ਸਰ ਚਵੇ ਜਿਹੜੇ ਹੱਥ ਬੱਗੀ ਬੈਠੇ ਜਿਹੜੀ ਇਸ ਗੱਲ ਦੱਸੀ ਜੋ ਮੇਰੇ ਨਾਲ ਬੜੀ ਕੇ ਤਵੱਜੋ ਕਰੇ ਬਾਈ ਕਚਾਰੀ ਜਾਦੇ ਸੈਦ ਨੇ ਪਾਇਆ ਹੈ ਕਦਮ ਕਚਹਿਰੀ ਜਦੇ ਸੈਦ ਨੇ ਪਾਇਆ ਹੈ ਕਦਮ ਕਚਹਿਰੀ ਜਦੇ ਅੱਛਾ ਸੈਦ ਨੇ ਪਾਇਆ ਹੈ ਤਖਤ ਦੇ ਚੱਲਾ ਮੈਨੂੰ ਸੱਪ ਨੇ ਡਰਾਇਆ ਹੈ ਮਿਲ ਕੇ ਹੈਦਰੀ ਤਵਜੋ ਕਰੇ ਬਾਈ ਕਦਮ ਕਚਹਿਰੀ ਜਾਦੇ ਸੈਦ ਨੇ ਪਾਇਆ ਹੈ ਕਦਮ ਕਚਹਿਰੀ ਜਾਦੇ ਸੈਦ ਨੇ ਪਾਇਆ ਹੈ ਤਖਤ ਦੇ ਚੱਲਾ ਮੈਨੂੰ ਸੱਪ ਨੇ ਡਰਾਇਆ ਹੈ ਮੇਰੇ ਪਾਸ ਵੇਖ ਕੇ ਤੇ ਖਾਲੀ ਮੇਰੀ ਬੋਲ ਕੇ ਹੁਕਮ ਦਿੱਤਾ ਸੀਜੇ ਜਪੜੇ ਨੂੰ ਖੋਲ ਕੇ ਉੱਠ ਕੇ ਸਲਾਮ ਬਲਾ ਨਹੀਂ ਤੇ ਉੱਡ ਜਾਏਗਾ ਮੈਂ ਵਹਿਣ ਸ਼ੁਰੂ ਕੀਤਾ ਸ਼ਰਬ ਦੇ ਸ਼ਾਇਰ ਦੀ ਸ਼ਾਜ਼ਾਦੀ ਸ਼ਰਬ ਦੇ ਸ਼ਾਇਰ ਚ ਆ ਗਈ ਉਹ ਲੱਗੀ ਉਜਈ ਚੋਟ ਮੁਹਾਰੀ ਕੋ ਵੀ ਮਾਰਦੀ ਕਮਰੇ ਸ਼ਰਮ ਦੇ ਸ਼ਰ ਦੀ ਸ਼ਾਲਾ ਦੀ ਤੇ ਬੇਸ਼ਰਮ ਦੇ ਸ਼ਹਿਰ ਚ ਆ ਗਈ ਲੱਗੀ ਉਜਈ ਚੋਟ ਮੁਹਾਰੀ ਕੋ ਵੀ ਮਾਰ ਦੀ ਕਮਾਰ ਦਿਵਾ ਗਈ ਜੀ ਬਿਸਮਿਲਾ ਕਰਾਂ ਮੈਂ ਬਿਸਮਿਲਾ ਕਰਾਂ ਫਲਾ ਹੋਈ ਜੀ ਸ਼ਰਮ ਦੇ ਸ਼ਹਿਰ ਦੀ ਸ਼ਾਲਾ ਦੀ ਤੇ ਬੇਸ਼ਰਮ ਦੇ ਸ਼ਹਿਰ ਚ ਆ ਗਈ ਲੱਗੀ ਉਜਈ ਚੋਟ ਮੁਹਾਰੀ ਕੋ ਵੀ ਮਾਰ ਦੀ ਕਮਾਰ ਤੇਰੀ ਗੈਰਤ ਤੂੰ ਸਦਕੇ ਸਦਕੇ ਗਈ ਬਿਸਮਿਲਲਾ 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 ਜੀ ਓ ਲੱਗੀ ਉਜਈ ਚੋਟ ਮੁਹਾਰੀ ਕੋ ਵੀ ਮਾਰ ਦੀ ਕਮਾਰ ਤੇਰੀ ਹੁਰਮਤ ਤੂੰ ਸਦਕੇ ਸਦਕੇ ਬਿਸਮਿਲਲਾ ਡਿੱਠੀ ਮਾਂ ਟੁਰਦੀ ਬੇਸ਼ਰਮਾ ਵਿੱਚ ਤੇ ਤਾਈਆਂ ਰਾਤ ਅੱਖੀਆਂ ਚੋਂ ਆ ਗਈ
ਸੈਯਦਾ ਦੇ ਹੁਣ ਰਾਤ ਨਹੀਂ ਰੁਕਦੀ ਜ਼ਿੰਦਗੀ ਸਾਰੀ ਆ ਗੈਰਤ ਜਿਗਾ ਜਿਗਾ ਬਿਸਮਿਲਾ ਕਰਾ ਓ ਰਾਤ ਨਹੀਂ ਰੁਕਦੀ ਜ਼ਿੰਦਗੀ ਸਾਰੀ ਆ ਗੈਰਤ ਜਿਗਾ ਜੀ ਬਾਬਾ ਬਿਸਮਿਲਾ ਕਰਾ ਅੱਲਾ ਤੁਹਾਡਾ ਭਲਾ ਕਰੇ ਤੁਸੀਂ ਬਹੁਤ ਸੋਹਣਾ ਇਸਤਕਬਾਲ ਕੀਤਾ ਮੈਂ ਨਾ ਔਖਾ ਚਾ ਬੈਠਾ ਬਸ ਚਾਰ ਜਾਂ ਪੰਜ ਮਿੰਟ ਤੁਸੀਂ ਜ਼ੇਨ ਦਿਓ ਅਤੇ ਮੈਂ ਦੋ ਗਰੀਬਾਂ ਦੇ ਵੈਰ ਸੁਣਾਵਾਂ ਅਤੇ ਬਾਬਾ ਸਾਈ ਨੂੰ ਟਾਈਮ ਦੇਵਾਂ ਮੈਂ ਔਖਾ ਜਿਹਾ ਨਾਚ ਆਇਆ ਸ਼ਾਮ ਤੁਹਾਡਾ ਸੁਣਨਾ ਸੌਖਾ ਸਹੀ ਵਾਲ ਵਾਲੇ ਜ਼ਾਕਿਰ ਦਾ ਪੜ੍ਹਨਾ ਸੌਖਾ ਇਸ ਸ਼ਾਮ ਦਾ ਪਤਾ ਉਸਨੂੰ ਇਹ ਜਿਹੜੀ ਇੱਕ ਇੱਕ ਮੋੜ 'ਤੇ ਖੜ ਕੇ ਪੰਦਰਾਂ ਪੰਦਰਾਂ ਆਜ਼ਾਨਾਂ ਸੁਣਦੀ ਰਹੀ ਤੁਸੀਂ ਨਮਾਜ਼ੀ ਬੰਦੇ ਬੈਠੇ ਹੋ ਪੰਦਰਾਂ ਆਜ਼ਾਨਾਂ ਤੁਸੀਂ ਜਾਣਦੇ ਹੋ ਇੱਕ ਦਿਨ 'ਚ ਨਹੀਂ ਮਿਲ ਸਕਦੀਆਂ ਇੱਕ ਟਾਈਮ 'ਚ ਨਹੀਂ ਮਿਲ ਸਕਦੀਆਂ ਪੰਦਰਾਂ ਆਜ਼ਾਨਾਂ ਤੋਂ ਪਤਾ ਲੱਗਦਾ ਹੈ ਜੋ ਅਲੀ ਦੀਦੀ ਸਹੀ ਦੋ ਤੁਹਾਡੀ ਡਾਡੀ ਤ੍ਰੈ ਦਿਹਾੜੇ ਖੜੀ ਰਹੀ ਹੈ ਅਤੇ ਆਜ਼ਾਨਾਂ ਸੁਣਦੀ ਰਹੀ ਸਪੀਕਰ ਥੋੜ੍ਹਾ ਜਿਹਾ ਵਾਲੀਅਮ ਖੋਲੀ ਮਿਹਰਬਾਨੀ ਕਰੀ ਤ੍ਰੈ ਦਿਹਾੜੇ ਸਹੀ ਦੋ ਤੁਹਾਡੀ ਡਾਡੀ ਖੜੀ ਰਹੀ ਹੈ ਆਜ਼ਾਨਾਂ ਸੁਣਦੀ ਰਹੀ ਹੈ ਬਸ ਮੁੱਕਿਆ ਬਾਜ਼ਾਰ ਮੈਂ ਦਰਬਾਰ ਪੜ੍ਹਿਆ ਕਦੇ ਨਹੀਂ ਗਈ ਕਿਵੇਂ ਖੜੀ ਕਿਵੇਂ ਰਹੀ ਹੈ ਬੁਲੇ ਦੀ ਕਿਵੇਂ ਰਹੀ ਹੈ ਦਰਬਾਰ ਦੀ ਪੇਸ਼ੀ ਮੁੱਕੀ ਮਹਿਮਾਨ ਖਾਨਾ ਉਹ ਮਿਲੇ ਜਦੀ ਛੱਤ ਕੋਈ ਨਹੀਂ ਗਰਮੀ ਡਾਢੀ ਆਈ ਤੁਹਾਡੇ ਚੌਥੇ ਮਾਮਾ ਦੇ ਅੰਮਾ 'ਚ ਗਰਮੀ ਡਾਢੀ ਹੈ ਅਗਰ ਜ਼ਿਆਦਾ ਦੇਵੇਂ ਤਾਂ ਮੈਂ ਥੋੜ੍ਹੀ ਦੇਰ ਦੇ ਵਾਸਤੇ ਜ਼ਿੰਦਾਨ ਦੇ ਬੂਹੀਏ 'ਤੇ ਲੱਗਾ ਮੰਜਾ ਸ਼ਾਇਦ ਉੱਥੋਂ ਹਵਾ ਲੱਗਦੀ ਉਸ ਬੀਬੀਆਂ ਦੀ ਇਕੱਲਾ ਨਹੀਂ ਮੰਜਣਾ ਬਾਕੀ ਨੂੰ ਨਾ ਲਈ ਵਜੇ ਤੁਹਾਡੇ ਪੁੱਤਰਾਂ ਦੀ ਹਯਾਤੀ ਹੋਵੇ ਦੋਵੇਂ ਪਿਓ ਪੁੱਤਰ ਟੁਰੇ ਜ਼ਿੰਦਾਨ ਦੇ ਬੂਹੀਏ 'ਤੇ ਆ ਕੇ ਬੈਠੇ ਸ਼ਾਮ ਦੇ ਵਸਤੇ ਲੋਕ ਗੁਜ਼ਰ ਕਰਦੇ ਨੇ ਕੋਈ ਸਲਾਮ ਦੇਂਦੇ ਕੋਈ ਨਹੀਂ ਦੇਂਦਾ ਜਿਹੜਾ ਦੇਂਦੇ ਤੇਰਾ ਚੌਥੇ ਮਾਮਾ ਦੇ ਤੇਰਾ ਭਲਾ ਹੋਵੇ ਜਿਹੜਾ ਨਹੀਂ ਦੇਂਦਾ ਅਸਮਾਨ ਦੇ ਪਾਸੇ ਦੇ ਕਹਿੰਦਾ ਮੇਰੇ ਅੱਲਾ ਮੈਂ ਐਡਾ ਗਰੀਬ ਹੋ ਗਿਆ ਅੱਜ ਮੈਨੂੰ ਸਲਾਮ ਵਾਲਾ ਮੜਵਾ ਲਈ ਕੋਈ ਨਹੀਂ ਉੱਚਾ ਕਰ ਮਿਹਰਬਾਨੀ ਕਰ ਇਸ ਨੂੰ ਥੋੜ੍ਹਾ ਜਿਹਾ ਸਿੱਧਾ ਰੱਖ ਮੇਰੇ ਅੱਲਾ ਮੈਂ ਐਡਾ ਗਰੀਬ ਹੋ ਗਿਆ ਮੈਂ ਕੋਈ ਸਲਾਮ ਵਾਲਾ ਮੜਵਾ ਲਈ ਕੋਈ ਨਹੀਂ ਇੱਕ ਸ਼ਾਮ ਦੀ ਬਸਤੀ ਔਰਤ ਗੁਜ਼ਰੀ ਸਲਾਮ ਦਿੱਤਾ ਇਸ ਸੱਜਾ ਦੀ ਰੱਤ ਵਸਦੀ ਡਿੱਠੀ ਸੀ ਵੱਤ ਬਾਕਿਰ ਤੋਂ ਡਿੱਠਾ ਇਸ ਆਸਮਾਨ ਦੇ ਪਾਸੇ ਹੱਥ ਵਧਾ ਕਹਿੰਦੀ ਮੇਰੇ ਅੱਲਾ ਤੂੰ ਕਰੀਮ ਜੋ ਹੋਈ ਹੋ ਇੱਕ ਸ਼ਕਲ ਬਣਾਈ ਆ ਵੀ ਵੱਤ ਦੂਜੀ ਨਾ ਵੀ ਬਣਾ ਸਹੀ ਵਾਲੇ ਵਾਲਾ ਜਿਹੜੇ ਮਸਤੂਰ ਨੂੰ ਸ਼ਕਲ ਕਿਹੜੀ ਯਾਦ ਆਈਏ ਉੱਠੀਏ ਰੋਂਦੀ ਖੜ ਗਈਏ ਖਾਵਨ ਦੇ ਸਾਹਮਣੇ ਵੱਜ ਕੇ ਮਿੱਟੀ 'ਤੇ ਬਹਿ ਗਈਏ ਹੱਥ ਬਣ ਕੇ ਦੀ ਮੁੱਦਤ ਹੋ ਗਈ ਤੁਹਾਡੇ ਘਰ ਆਈਆਂ ਮੈਂ ਅੱਜ ਤਾਈਂ ਮੰਗੀਆਂ ਕੁਝ ਨਹੀਂ ਸਵਾਲ ਨਹੀਂ ਕੀਤਾ ਅੱਜ ਮੈਂ ਅੱਲਾ ਦੇ ਨਾਂ 'ਤੇ ਪਿੰਦੀ ਹਾਂ ਮੈਨੂੰ ਖਾਲੀ ਨਾ ਵਲਾਵੇਂ ਇਹਦਾ ਜਿੱਕੀਆਂ ਗੱਲਾਂ ਲਗਾ ਮੰਗ ਕੇ ਮੰਗਦੀ ਆਦੀ ਕੁਝ ਨਾ ਮੰਗਦੀ ਮਿਹਰਬਾਨੀ ਕਰ ਮੈਨੂੰ 5000 ਦੀਨਾਰ ਦੇ ਤਵੱਜੋ ਕਰੇ ਜਿਹੜੇ ਦਰਦ ਵਾਲੇ ਬੰਦੇ ਬੈਠੇ ਬਸ ਮੈਂ ਬੈਠ ਸੁਣਾਵਾਂ ਖਤਮ 5000 ਦੀਨਾਰ ਦੇ ਕਿਆ ਕਰੇ ਸੇ ਦੇ ਕਹਿੰਦੀ ਤੈਨੂੰ ਪਤਾ ਨਹੀਂ ਤੂੰ ਘਰ ਬੈਠੇ ਮੈਂ ਜ਼ਿੰਦਾਨ ਦੇ ਬੂਹੇ 'ਤੇ ਗਈ ਹਾਂ ਮੈਂ ਦੋ ਕੈਦੀ ਡਿੱਠੇ ਅਜੀਬ ਰੰਗ ਦੇ ਕੈਦੀ ਹਨ ਜਿਹੜਾ ਵੱਡਾ ਕੈਦੀ ਹੈ ਜ਼ਮਾਨੇ 'ਤੇ ਬੰਦਾ ਜਿਹੜਾ ਦੁਖੀ ਹੋਵੇ ਉਹ ਪਾਣੀ ਰੋਂਦੇ ਜਿਹੜਾ ਕੈਦੀ ਮੈਂ ਵੇਖਾਈਆਂ ਉਹ ਪਾਣੀ ਨਹੀਂ ਉਹ ਖੂਨ ਪਿਆ ਰੋਂਦੇ ਆਦੀ ਗੱਲ ਲੱਗਲੀ ਹੈ ਜਿਹੜਾ ਉਹਦੇ ਨਾਲ ਛੋਟਾ ਕੈਦੀ ਬੈਠੇ ਕੋਈ ਐਡਾ ਸੋਹਣਾ ਕੈਦੀ ਹੈ ਜਿਹੜੇ ਵੇਲੇ ਦਾ ਮੈਂ ਡਿੱਠੇ ਮੈਂ ਹਾਂ ਪਿਆ ਲਾਦੇ ਮੇਰਾ ਦਿਲ ਚਾਹੁੰਦੇ ਮਿਹਰਬਾਨੀ ਕਰ 5000 ਦੀਨਾਰ ਦੇ ਮੈਂ ਵੱਡੇ ਕੈਦੀ ਦੇ ਕੋਲ ਵੈਸਾਂ ਉਹਦੀ ਮਿੰਨਤ ਕਰੇ ਸਾਂ ਇੰਜੇ ਦੇਵੇ ਤੁਹਾਡੀ ਮਿਹਰਬਾਨੀ ਹੈ ਨਾ ਦੇਵੇ ਤੱਕ ਸਾਂ ਇਹ ਕੀਮਤ ਲੈ ਲੈ ਹਾਇਓ ਤੁਹਾਡੀ ਗੁਰਬਤ ਤੂੰ ਸਦਕੇ ਜਾਵਾਂ ਇਹ ਕੀਮਤ ਲੈ ਲੈ ਛੋਟਾ ਕੈਦੀ ਮੈਨੂੰ ਦਿਓ ਪੁੱਤਰਾ ਵਾਲਿਓ ਟੁਰ ਪਈਏ ਬਿਸਮਿਲਾ ਕਰਾਂ ਭਲਾ ਹੋਵੀ ਜਿਹੜੇ ਮਾਤਮੀ ਬੈਠੋ ਮਾਤਮ ਦੀ ਤਿਆਰੀ ਕਰੇ ਕਰੀਬ ਆ ਗਈ ਕੈਦੀ ਜੀ ਵਾਲਾਂ ਦੀ ਕੈਦੀ ਮੇਰਾ ਸਲਾਮ ਬੀਬੀ ਮੇਰੇ ਸਲਾਮ ਕਿਵੇਂ ਆਈ ਹੈ ਆਦੀ ਹੈ ਕੈਦੀ ਮੈਂ ਪੁੱਛਣ ਆਈ ਹਾਂ ਜਿਹੜਾ ਛੋਟਾ ਕੈਦੀ ਬੈਠਾ ਹੈ ਤੁਹਾਡਾ ਕੀ ਲੱਗਦਾ ਹੈ ਸੈਦੀ ਵਾਲਾਂ ਦੀ ਬੀਬੀ ਮੈਂ ਗਰੀਬ ਦਾ ਪੁੱਤਰੇ
ਆਦੀ ਅਲਹਮਦੁਲਿਲਾ ਜੇ ਤੁਹਾਡੇ ਪੁੱਤਰੇ ਮੈਂ ਸੁਣਦੀ ਰਹਿੰਦੀ ਹਾਂ ਕੈਦੀ ਵਾਲੇ ਸਖੀ ਆਉਂਦੇ ਜੇ ਤੁਹਾਡਾ ਪੁੱਤਰੇ ਮੈਂ ਲਦਨਾ ਤੇ ਪਿੰਨਣ ਆਈ ਹਾਂ ਮੈਨੂੰ ਖਾਲੀ ਨਾ ਵਰਾਵੇ ਸਯਾਦਾ ਦਾ ਸੋਚ ਕੇ ਪਿੰਨੇ ਮੈਂ ਡਾਡਾ ਗਰੀਬਾ ਅੱਲਾ ਭਲਾ ਕਰੇ ਅੱਲਾ ਤੁਹਾਡਾ ਭਲਾ ਕਰੇ ਕੋਸ਼ਿਸ਼ ਕਰੇ ਪਿੰਨਣ ਦੀ ਮਲਕੇ ਸ਼ਾਮ ਆਈ ਬੈਠੀ ਤੇਰੇ ਪਰਦੇ ਦੇ ਅੰਦਰੋਂ ਸਯਾਦਾ ਦਾ ਸੋਚ ਕੇ ਮੰਗੇ ਅੱਛਾ ਕੇ ਮੰਗਦੀ ਆਵਾਜ਼ਾਂ ਦੀ ਕਹਿੰਦੀ ਹੋਰ ਕੁਛ ਨਾ ਮੰਗਦੀ ਮਿੰਨਤ ਲਾ ਇਹ ਸੋਹਣਾ ਪੁੱਤਰ ਮੈਂ ਕੁੜੇ ਜਿਹੜੇ ਪੁੱਤਰਾਂ ਨੇ ਬੈਠੇ ਸਯਦ ਦੀ ਆਵਾਜ਼ਾਂ ਦੀ ਬੀਬੀ ਔਖਾ ਸਵਾਲ ਕੀਤਾ ਈ ਜ਼ਰੂਰ ਵਾ ਮਗਰ ਮੈਂ ਮਜਬੂਰ ਹਾਂ ਕਹਿੰਦੀ ਕਿਹੜੀ ਮਜਬੂਰੀ ਆਈ ਸਯਦਾ ਦੇ ਮੈਂ ਖੈਰ ਦਾ ਮਰੀਜ਼ ਹਾਂ ਮੇਰਾ ਖੈਰ ਤੁਝ ਘਰ ਫਟ ਗਿਆ ਸਯਦਾ ਦੇ ਅਕਸਰ ਮੇਰੀ ਰੱਤ ਵਾਂਦੀ ਰਾਂਦੀ ਹੈ ਜਿਹੜਾ ਰੱਤ ਵੱਧੀ ਹੈ ਮੇਰਾ ਹਿੱਕਾ ਬੱਚਿਆ ਹੈ ਜਿਹੜਾ ਅੱਖੀਆਂ ਦੁਆੜ ਕੇ ਰਾਤ ਪੁਛੇਦਾ ਸਹੀ ਵਾਲ ਤਿਆਰੀ ਕਰੀ ਸਮਝ ਗਈ ਨਹੀਂ ਦੇਦਾ ਜਿਵੇਂ ਪੰਜ ਹਜ਼ਾਰ ਦੀ ਨਾਲ ਝਾਈ ਖੜੀ ਆਈ ਨੇ ਕਹਿੰਦੀ ਕਹਿੰਦੀ ਪੰਜ ਹਜ਼ਾਰ ਖਿਲ ਜਾ ਰੋ ਕੇ ਆਦੀ ਜੇ ਮੁਸਲਮਾਨ ਜ਼ੈਨਬ ਦੀ ਚਾਦਰ ਅੱਲਾ ਤੁਹਾਡਾ ਭਲਾ ਕਰੇ ਅੱਲਾ ਤੁਹਾਡਾ ਭਲਾ ਕਰੇ ਬਿਸਮਿਲ੍ਲਾ ਕਰਾਂ ਜੀ ਤੇਰੀਆਂ ਧੀਆਂ ਦੇ ਪਰਦੇ ਹੋਣ ਸਾਹਿਬ ਜੀ ਬਾਬਾ ਆਵਾਜ਼ਾਂ ਦੀ ਪੰਜ ਰਾਣੀ ਗਿਰ ਜੇ ਮੁਸਲਮਾਨ ਆਲੀਆ ਦੀ ਚਾਦਰ ਦਾ ਵਾਸਤਾ ਹੀ ਸੋਹਣਾ ਪੁੱਤਰ ਮੈਂ ਕੁਨੇ ਅਗਲੀ ਗੱਲ ਸੁਣੇ ਇਸ ਵਾਸਤਾ ਦਿੱਤਾ ਹੈ ਜਨਾਬੇ ਸੱਜਾਦ ਕਿਲਾ ਦਾ ਚੁੱਪ ਕਰ ਗਿਆ ਹੈ ਜਿਵੇਂ ਬਾਕੀ ਬੈਠੇ ਹੀ ਨੇ ਕਹਿੰਦਾ ਬਾਬਾ ਚੁੱਪ ਨਾ ਕਰ ਕਿਉਂ ਬਾਕੀ ਬਾਬਾ ਪੰਜ ਹਜ਼ਾਰ ਗਿਲ ਚਾ ਮੈਨੂੰ ਵੇ ਛੋੜ ਗੱਲ ਸੁਣੇ ਗੱਲ ਸੁਣੇ ਆਵਾਜ਼ਾਂ ਨੀ ਬਾਕੀ ਦੱਸਿਆ ਗਰਮੀ ਤੂੰ ਖਬਰਾ ਗਿਆ ਨਹੀਂ ਬਾਬਾ ਕਹਿੰਦਾ ਤੂੰ ਖਬਰਾ ਗਿਆ ਨਹੀਂ ਬਾਬਾ ਇੰਜ ਕਿਉਂ ਆਦਾ ਜੋ ਪੰਜ ਹਜ਼ਾਰ ਗਿਲ ਚਾ ਮੈਨੂੰ ਵੇ ਛੋੜ ਬਾਕੀ ਰਹਿੰਦਾ ਇਸ ਵਾਸਤੇ ਆਉਂਦਾ ਪਿਆ ਪੰਜ ਹਜ਼ਾਰ ਗਿਲ ਚਾ ਬਾਜ਼ਾਰ ਲਗਾਵਾ ਬਾਬਾ ਜਿਹੜੀ ਮੇਰੀ ਕੀਮਤ ਮਿਲਸੀ ਆਵਾਜ ਫੁੱਫੀਆਂ ਦੇ ਮੁਰਕੇ ਬਣਵਾਈਆ ਜਿਹੜੀ ਛਤਰੀ ਸ਼ਹਿਰ ਜਾਦੀ ਗਈ ਹੈ ਮੈਨੂੰ ਚਾਦਰ ਦਿਓ ਮੈਂ ਤੁਹਾਡੇ ਮੁਹੰਮਦ ਦੀ ਆ ਆਖਰੀ ਬਾਈ ਆਖਰੀ ਜੀ ਬਾਬਾ ਬਿਸਮਿਲ੍ਲਾ ਕਹਿਣਾ ਆਖਰੀ ਗੱਲ ਖਤਮ ਬੀਬੀ ਜੀ ਜੇ ਕੈਦੀ ਗਿੰਦੀ ਹੈ ਨਾ ਉਹ ਜ਼ਿੰਦਾਨ ਦੇ ਅੰਦਰ ਲੱਗੀ ਵੰਜ ਇਸ ਕੈਦੀ ਦੀ ਮਾਂ ਨਾਲ ਆਈ ਜਿਹੜੇ ਵੀ ਤਬੇ ਸ਼ਗਿਲ ਸਹੀ ਵਾਲ ਵਾਲੇ ਅੰਦਰ ਗਈ ਹੈ ਦੇ ਕਹਿੰਦੀ ਕਹਿਣ ਮਾਈਆਂ ਮੇਰਾ ਸਲਾਮ ਬੀਬੀ ਸਾਡਾ ਹੀ ਸਲਾਮ ਕਿਵੇਂ ਆਈਏ ਆਦੀ ਪੁੱਛਣ ਆਈਆਂ ਜਿਹੜਾ ਛੋਟਾ ਕਹਿੰਦੀ ਬੈਠੇ ਉਹਦੀ ਮਾਂ ਕਿਹੜੀ ਹੈ ਜਿਹੜਾ ਬੇਬਾ ਕਰਦੀ ਮਾਂ ਤਲੀਆਂ ਟੇਕ ਉੱਠੀ ਆਵਾਜ਼ਾਂ ਦੀ ਬਿਸਮਿਲ੍ਲਾ ਉਹ ਗਰੀਬ ਦੀ ਮਾਂ ਮੈਂ ਬਿਸਮਿਲ੍ਲਾ ਉਹ ਅਲਰਾਸੀ ਦੀ ਮਾਂ ਮੈਂ ਬਿਸਮਿਲ੍ਲਾ ਉਹ ਕੰਡਿਆ ਤੇ ਟੁਰਨ ਵਾਲੇ ਦੀ ਮਾਂ ਮੈਂ ਬੀਬੀ ਕਿਉਂ ਪੁੱਛਦੀ ਹੈ ਆਵਾਜ਼ਾਂ ਨੀ ਜੇ ਤੂੰ ਮਾਏ ਮੈਂ ਅੱਲਾ ਦੇ ਨਾਂ ਤੇ ਪਿੱਲਣ ਆਈਆਂ ਮੈਨੂੰ ਖਾਲੀ ਨਾ ਬੁਲਾਵੇ ਬੀਬੀ ਸੋਚ ਕੇ ਬਿਨੇ ਅਸਾਂ ਅੱਗੇ ਉਜੜ ਗਏ ਸਾਡਾ ਕੁਝ ਨਹੀਂ ਬਚਿਆ ਕੇ ਮੰਗਦੀ ਆਵਾਜ਼ਾਂ ਦੀ ਹੋਰ ਕੁਛ ਨਾ ਮੰਗਦੀ ਮਿੰਨਤ ਲਾ ਜੇ ਤੂੰ ਮਾਏ ਇਹ ਸੋਹਣਾ ਪੁੱਤਰ ਮੈਂ ਕੁੜੇ ਬੀਬੀ ਆਦੀ ਇਨਸਾਫ਼ ਨੇ ਵੀ ਕੀਤਾ ਕਦਾਈ ਮਾਵਾਈ ਪੁੱਤੂ ਦਿੱਤੇ ਇਹ ਗੱਲ ਸੁਣੇ ਜਿਹੜੇ ਰੋਵਰ ਦੇ ਆਸ਼ਕ ਲੋਕ ਬੈਠੇ ਹੋ ਬੀਬੀ ਅਦੀ ਇਹ ਦੱਸਾ ਜੇ ਮੈਂ ਸੋਹਣਾ ਪੁੱਤਰ ਤੱਕ ਉਡੇਵਾਂ ਤੂੰ ਕਿਨ ਗਿਲ ਵੈਸੇ ਇਹ ਹੱਥ ਬਣ ਗਿਆ ਦੀ ਬੀਬੀ ਜੀ ਤੂੰ ਡੇਵੇ ਤੇਰਾ ਪੁੱਤਰ ਮੈਂ ਘਰ ਗਿਲ ਵੈਸਾ ਕਿਆ ਕਰੇ ਸੇ ਸੋਹਣੀ ਪੌਸ਼ਾਕ ਪਵੈਸਾ ਇਹਦੇ ਖੁਸ਼ਬੂ ਵਾਲਾ ਤੇ ਕਗੀਆਂ ਦੇਸਾ
ਵਤ ਕਿਆ ਕਰੇ ਸੇ ਆਦੀ ਤੇਰੇ ਸੋਹਣੇ ਪੁੱਤਰ ਵਾਸਤੇ ਮੈਂ ਸੋਹਣੀ ਸਵਾਰੀ ਤਿਆਰ ਕਰੇ ਸਾ ਕਿਆ ਕਰੇ ਸੇ ਤੇਰੇ ਪੁੱਤਰ ਨੂੰ ਸਵਾਰ ਕਰੇ ਸਾ ਵਤ ਕਿਆ ਕਰੇ ਸੇ ਆਦੀ ਇਹ ਕਮਰ ਦੇ ਨਾਲ ਮੁਹਾਰ ਜਬਨ ਸਾ ਮੁਹਾਰ ਛਕੇ ਦੀ ਵੈਸਾ ਮੈਂ ਤੇਰੇ ਸੋਹਣੇ ਪੁੱਤਰ ਨੂੰ ਮਦੀਨੇ ਥੱਕ ਗਿਆ ਤੇਰੇ ਸੋਹਣੇ ਪੁੱਤ ਨੂੰ ਮੈਂ ਮਦੀਨੇ ਖਿਲਵੈਸਾ ਬੀਬੀ ਆਦੀ ਮਦੀਨੇ ਕਿਉਂ ਖਿਲਵੈ